ਤੱਕ ਨੂੰ ਹੁੰਦਾ ਇਹ ਮਿੰਟ ਨਹੀਂ ਸਮਾਂ ਭਰਾ ਕਰਦੀ ਰੇਂਗ ਤਾਂ ਐਂ ਦੀ ਰੰਗਾਟ ਪਾਉਂਦੀ ਹੁੰਦੀ ਆ ਭਾਈ ਡਰ ਨਾ ਯਾਰ ਪਸ਼ੂ ਆਇਆ ਘਰੋਂ ਦੀ ਗੱਡੀ ਹੋਰ ਵੀ ਜਰੂਰ ਦੇ ਕਰ ਦੇ ਦੇ ਰੋਈ ਚੱਲ ਯਾਰ ਮੁੱਲ ਦਾ ਹੋ ਜਾ ਪਿਆ ਬੜਾ ਹੋ ਜਾ ਤੈਨੂੰ ਕਰ ਦੇ सारी चेक कराने तोर के भी दिखावांगे पहला थन लेवे की क्वालिटी देख लो लै भरा तोर के दिखा दे फिर लै चल हा इनू ला दोस्तो करो चेक वधिया चंगे भांडे की मज हैगी ते मोड़ लिया बई केड़ा पिंड है भरा तेरा आ जा केरा मज दे कोले जे हो जा कोटधर मूह है पिंड ते दुध दी की कैपेसिटी है बई इहदी 12 लीटर तैयार है बई इस टाइम 12 लीटर तैयार है ते बच्चा की है मंगरा हैं चोके दे दांगे वाह ठीक है अगला चौक ही ले जाऊगा चौके तो लेके जाऊ बच्चा बच्चा कट्टी है भाई कट्टी है कह के दिन हो गए सुई नू 15 दिन की सुई है ते की मुल करता फिर 80,000 रुपया भाई जमा ते देंगा किने दी 76,000 दी दूंगा भाई लास्ट जमा लास्ट होर भी कर देगा कोई मानता ना जे कोई वीडियो देख के आंदा यार जमा नेट फट दसया भाई ਐ ਨਾ ਕਰਿਆ ਕਰ ਬੜਾ ਮੁੱਲ ਕਰਦਾ ਤੂੰ 12 ਲੀਟਰ ਤੋਂ ਇੱਕ 100 ਗ੍ਰਾਮ ਵੀ ਨਹੀਂ ਕਰਦਾ ਬਾਈ ਤੋਲ ਕੇ ਦੇ ਦੂੰ ਪੱਕੀ ਗੱਲ ਹੈ ਬਾਈ ਜਮਾ ਪੱਕੀ ਕਰੋ ਤੇਰਾ ਮੋਬਾਈਲ ਨੰਬਰ ਬੋਲ ਫਿਰ 95013 ਬਾਈ 95013 44475 44475 ਹਾਂ ਠੀਕ ਹੈ ਲੈ ਦੋਸਤੋ ਕਰ ਲੋ ਚੈੱਕ ਮੱਝ ਇੱਕ ਵਾਰੀ ਹੋਰ ਸਿੰਗਾ ਸੁੰਗਾ ਦੀ ਸਾਰੀ ਠੀਕ ਹੈ ਮੱਝ ਵਧੀਆ ਤੇ 12 ਲੀਟਰ ਦੁੱਧ ਕਹਿੰਦਾ ਬਾਈ ਕਹਿੰਦਾ ਡੱਬੇ ਮਰਵਾ ਦੇ ਕਹਿੰਦਾ ਘਰੇ ਆ ਕੇ ਜੋ ਕੇ ਦੇਖ ਲੋ ਚਾਹੇ ਕੋਈ ਪਿੰਡ ਕੋਟਧਰ ਮੂਹ ਹੈ मोबाइल नंबर दस दे एक बार 95013 44475 मज भी अपनी है आ जा फिर ए भी दिखा दिने लै दोस्तों मज एक होर खड़ी है बाई को भी चंगे दुध वाली है लै तोर के दिखा फिर इन पहले ही भांडा ए भी चंगा है लै करो दोस्तों चेक ਇਹਦੀ ਕੀ ਦੁੱਧ ਦੀ ਕੰਪੈਸਟੀ ਆ ਜਾ ਕੇ ਨੌਰੇ ਜਿਆ ਜਾ ਪਿਛਲੇ ਸਾਲ 15 ਸੀ ਬਈ ਇਸ ਟਾਈਮ 13 ਕਿਲੋ ਬੋਲੀ ਹੈ ਇਹਦੀ ਪਿਛਲੇ ਸਾਲ 15 ਲੀਟਰ ਸੀ ਹਾਂ 15 ਲੀਟਰ ਡੱਬੇ ਮਾਰ ਕੇ ਦਿੱਤਾ ਬਈ ਇਹਨੇ ਜਮਾ ਅੱਛਾ ਲੀਟਰ ਬੋਲੀ ਇਸ ਟਾਈਮ ਤਿਆਰ ਆ ਬਈ ਤੋਲ ਕੇ ਦੇ ਦਾਂਗੇ ਤੇ ਕਿੰਨੇ ਦੀ ਉਮੀਦ ਐਤ ਕੀ ਨਾ ਕਿ ਬਟ 90 ਦੀ ਦੇਵਾਂਗੇ ਬਈ ਇੱਕ ਦਸਮਾ 90 ਦੀ ਦੇਗਾ 90 ਦੀ ਦੇ ਦੁੱਧ ਕਿੰਨਾ ਕੱਢ ਦੂ ਫਿਰ ਐਤ ਕੀ ਦੁੱਧ ਬਈ 15 ਲੀਟਰ ਕੱਢ ਦੂ ਕੱਢੂਗੀ 15 ਫਿਰ ਲੱਗਦੀ ਵੀ ਆ ਮੱਝ 15 ਲੀਟਰ ਦੁੱਧ ਵਾਲੀ ਹੈਗੀ ਆ ਭਾਂਡਾ ਮੱਝ ਦਾ ਚੰਗਾ ਹੈਗਾ ਲੈ ਦੋਸਤੋ ਕਰ ਲੋ ਚੱਕ ਤੁਸੀਂ ਵੀ ਤੇ ਭਾਈ ਇਹਦੇ ਮਗਰ ਬੱਚਾ ਕੀ ਹੈ ਕੱਟਾ ਹੈ ਬਾਈ ਕੱਟਾ ਕੱਟਾ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ 8ਵਾਂ ਦਿਨ ਹੈ ਬਾਈ ਤੇ ਸੀਲ ਹੈ ਮੱਝ ਜਮਾ ਸੀਲ ਬਾਈ ਜਮਾ ਠੀਕ ਹੈ ਲੈ ਦੋਸਤੋ ਕਰ ਲਿਓ ਕੰਟੈਕਟ ਬਾਈ ਨੂੰ ਦੋ ਮੱਝਾਂ ਇਹਦੇ ਕੋਲੇ ਤੇ ਕੰਟੈਕਟ ਨੰਬਰ ਉਹੀ ਆਪਾਂ ਤੁਹਾਨੂੰ ਦੇਤਾ ਤੇ ਥਣ ਲੇਵੇ ਦੀ ਮੱਝ ਇਹ ਵੀ ਚੰਗੀ ਹੈ ਤੇ ਦੋਨੇ ਮੱਝਾਂ ਬਾਈ ਦੀਆਂ ਸੋਹਣੀਆਂ ਨੇ ਜੇ ਕਿਸੇ ਨੂੰ ਪਸੰਦ ਆਉਣਾ ਤਾਂ ਫੋਨ ਕਰ ਲਿਓ ਠੀਕ ਹੈ ਭਰਾ ਠੀਕ ਅੱਜ ਹੋਰ ਕਰੋ ਚੈੱਕ मज हैगी थोड़े जे सस्ते जे भा दी गरीब बंदे दी है ते बाई कहिंदा बिक जे कहिंदा तां बाली सोहणी गल है कहिंदा ते थण लेवा देख लो मज दी दुध दी कंपैसिटी भी वधिया है ओहे जा मुल है लै मोड़ लिया बई आ जा बई जी तुसीं लैके आए मज की दी मज है आ बई दी मज है अच्छा इहदी है लै दोस्तो गरीब जे बंदे दी मज है ते बाई कहिंदा बिक जे कहिंदा ਤਾਂ ਕਰਕੇ ਆਪਾਂ ਵੀਡੀਓ ਪਾ ਰਹੇ ਆਂ ਭਾਈ ਦੁੱਧ ਦੀ ਕੰਪੈਸਟੀ ਕੀ ਆ ਜੋ ਜੀ ਤੁਸੀਂ 9 ਲੀਟਰ ਦੁੱਧ ਆ ਬਾਈ 9 ਲੀਟਰ ਦੁੱਧ ਹੈ ਹਾਂ ਜੀ ਚਲੋ ਆਪਾਂ 9 ਲੀਟਰ ਜਿਹੜਾ ਮੰਨ ਕੇ ਚੱਲਦੇ ਆਂ ਬਾਕੀ ਤਾਂ ਮੌਕੇ ਦੇ ਅਗਲਾ ਚੌਕੀ ਵੀ ਦੇਖ ਲੂਗਾ ਹਨਾ ਚੌਕੇ ਆਪਾਂ ਚੌਕੇ ਦੇਵਾਂਗੇ ਤੇ ਬਾਪੂ ਜੀ ਪਿੰਡ ਕਿਹੜਾ ਇਹਨਾਂ ਦਾ ਮਾਨਵੀਵੜੀਆਂ ਜੀ ਮਾਨਵੀਵੜੀਆਂ ਪਿੰਡ ਹੈ ਤੇ ਕਿੰਨੇ ਦਿਨ ਹੋ ਗਏ ਸੂਈ ਨੇ ਨੂੰ ਸੂਈ ਤਾਂ ਹੋ ਗਈ ਮਹੀਨੇ ਦੇ ਨੇੜ-ਤੇੜ ਆ ਜੀ ਮਹੀਨੇ ਦੇ ਨੇੜ-ਤੇੜ ਹੋ ਗਿਆ ਹਨਾ ਬੱਚਾ ਦੱਸਦਾ ਹੈਗਾ ਕਰ ਮਹੀਨੇ ਕਦਾ ਹੈਗਾ ਕੱਟਾ ਹੈਗਾ ਕਿ ਕੱਟੀ ਕੱਟੀ ਹੈ ਜੀ ਕੱਟੀ ਹੈ ਤੇ ਹੋਊਗੀ ਹਣਾ ਤੀਜੇ ਚੌਥੇ ਸੂਏ ਨਾ ਤੀਜਾ ਸੂਆ ਤੀਜੇ ਸੂਏ ਆ ਤੀਜਾ ਹੈ ਤੀਜੇ ਸੂਏ ਕੀ ਮੁੱਲ ਕਰਿਆ ਜੀ ਇਹਦਾ ਮੁੱਲ ਦਾ ਹੀ 65,000 ਕਰਦੇ ਆ ਜੀ 65,000 ਤੇ ਮੌਕੇ ਤੇ ਮਾਨਤਾਨ ਹੋ ਜੂਗਾ ਜਿਵੇਂ ਕਰ ਦਿਓਗੇ ਮਾਨਤਾਨ ਚਲੋ ਠੀਕ ਹੈ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਫਿਰ 62398
6298 8586 ਲੈ ਦੋਸਤੋ ਬਾਈ ਨੂੰ ਕੰਟੈਕਟ ਕਰ ਲਿਓ ਮਾਨਸਾ ਜ਼ਿਲ੍ਹੇ ਦਾ ਪਿੰਡ ਮਾਨ ਬੀਵੜੀਆਂ ਤੇ ਮੱਝ ਇੱਕ ਵਾਰੀ ਚੈੱਕ ਹੋਰ ਕਰ ਲਓ ਮੂਸੇ ਦੇ ਨਾਲ ਹੀ ਹੈ ਪਿੰਡ ਮਾਨ ਬੀਵੜੀਆਂ ਤੇ ਥਣਾ ਥੁਣਾ ਦੀ ਠੀਕ ਹੈ ਬਾਈ ਗਰੀਬ ਜੇਕਰ ਮੱਝ ਹੈਗੀ ਤੇ ਜੇ ਕੋਈ ਚੰਗੀ ਖੁਰਾਕ ਪਾਊਗਾ ਵਧੀਆ ਤੇ ਦੁੱਧ ਦੀ ਹੋਰ ਵੀ ਵਧੂਗੀ ਦੁੱਧ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਦੁੱਧ ਨਾ ਵਧੇ ਤੇ ਵਧੀਆ ਦੁੱਧ ਵਾਲੀ ਮੱਝ ਹੈ ਪਤਲੇ ਪਿੰਡੇ ਦੀ।